ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ ਈ ਟੀ ਟੀ ਦਾ ਸੈਕਿੰਡ ਇਗਜ਼ਾਮ ਦੇਣ ਜਾ ਰਿਹਾ ਵਿਦਿਆਰਥੀਆਂ ਦੇ ਲਈ। ਅੱਜ ਆਪਾਂ ਹਿਸਟਰੀ ਆਫ ਪੰਜਾਬ ਦੇ ਵਿੱਚੋਂ ਲੈਸਨ ਨੰਬਰ 7 ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਮਹੱਤਵਪੂਰਨ ਘਟਨਾਵਾਂ ਔਰ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਨਾਲ ਰਿਲੇਟਡ ਕੁਸਚਨ ਆਨਸਰ ਕਰਾਂਗੇ ਜੀ। ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਹੋ ਔਰ ਵੀਡੀਓ ਦਾ ਜਿਹੜਾ ਲਿੰਕ ਹੈ ਇਸ ਤੋਂ ਪਹਿਲਾਂ ਜਿਹੜੀ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ ਜੀ। ਸੋ ਜਿਹੜੀਆਂ ਆਪਾਂ ਪੀ ਐੱਸ ਟੈਟ ਦੇ ਲਈ ਸਿਕਸਟ ਹਿਸਟਰੀ ਜੋਗ੍ਰਾਫੀ ਦੇ ਪ੍ਰੈਕਟਿਸ ਸੈੱਟ ਅਪਲੋਡ ਕੀਤੇ ਸੀ ਉਹ ਵੀ ਤੁਹਾਡੇ ਲਈ ਜਿਹੜੇ ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਵਿਦਿਆਰਥੀ ਐੱਸ ਐੱਸ ਟੀ ਦੀ, ਸੋ ਉਹਨਾਂ ਵਾਸਤੇ ਬਹੁਤ ਹੈਲਪਫੁੱਲ ਨੇ ਜੀ। ਸੋ ਪ੍ਰੈਕਟਿਸ ਸੈੱਟ ਵੀ ਤੁਸੀਂ ਦੇਖ ਸਕਦੇ ਹੋ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤਾਂ ਸਿੱਖਾਂ ਦੇ ਜਿਹੜੇ ਛੇਵੇਂ ਗੁਰੂ ਸੀ ਜੇ ਅਗਰ ਉਹਨਾਂ ਦਾ ਨਾਮ ਪੁੱਛਿਆ ਜਾਂਦਾ ਤਾਂ ਸ਼੍ਰੀ ਹਰਗੋਬਿੰਦ ਸਾਹਿਬ ਸੀ ਜੀ, ਜਿਨ੍ਹਾਂ ਦਾ ਗੁਰੂ ਕਾਲ 1606 ਤੋਂ ਲੈ ਕੇ 1645 ਈਸਵੀ ਦੇ ਤੱਕ ਰਿਹਾ ਜੀ। ਔਰ ਜਨਮ ਉਹਨਾਂ ਦਾ ਜਿਹੜਾ ਹੈ 14 ਜੂਨ 1595 ਈਸਵੀ ਨੂੰ ਹੋਇਆ ਸੀ ਔਰ ਜਨਮ ਸਥਾਨ ਉਹਨਾਂ ਦਾ ਗੁਰੂ ਕੀ ਵਡਾਲੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ ਜੀ। ਔਰ ਮਾਤਾ ਪਿਤਾ ਦਾ ਨਾਮ, ਉਹਨਾਂ ਦੇ ਪਿਤਾ ਜੀ ਦਾ ਨਾਮ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਸੀ ਜੀ, ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਸੀ, ਔਰ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਸੀ ਜੀ। ਵਿਆਹ ਉਹਨਾਂ ਦਾ ਜਿਹੜਾ ਹੈ 3 ਵਿਆਹ ਦੱਸੇ ਜਾਂਦੇ ਨੇ ਜੀ। ਪਹਿਲਾ ਹੈ ਜੀ ਡੱਲਾ ਨਿਵਾਸੀ ਸ਼੍ਰੀ ਨਰਾਇਣ ਦਾਸ ਦੀ ਸਪੁੱਤਰੀ ਦਮੋਦਰੀ ਜੀ ਨਾਲ, ਔਰ ਉਸ ਤੋਂ ਬਾਅਦ ਬਾਬੇ ਬਕਾਲੇ ਦੇ ਸ਼੍ਰੀ ਹਰੀਚੰਦ ਦੀ ਸਪੁੱਤਰੀ ਨਾਨਕੀ ਜੀ ਨਾਲ, ਔਰ ਤੀਸਰਾ ਹੈ ਜੀ ਮੰਡਿਆਲੀ ਦੇ ਸ਼੍ਰੀ ਦਇਆ ਰਾਮ ਦੀ ਸਪੁੱਤਰੀ ਮਾਤਾ ਮਹਾਦੇਵੀ ਜੀ ਦੇ ਨਾਲ। ਸੰਤਾਨ ਉਹਨਾਂ ਦੇ 5 ਸਪੁੱਤਰ ਸੀ ਜੀ, ਜਿਨ੍ਹਾਂ ਦੇ ਨਾਮ ਸੀ ਬਾਬਾ ਗੁਰਦਿੱਤਾ ਜੀ, ਸ਼੍ਰੀ ਸੂਰਜਮਲ ਜੀ, ਸ਼੍ਰੀ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜੋ ਕਿ ਬਾਅਦ ਦੇ ਵਿੱਚ ਸਿੱਖਾਂ ਦੇ 9ਵੇਂ ਗੁਰੂ ਬਣੇ ਸੀ ਜੀ। ਔਰ ਉਹਨਾਂ ਦੀ ਇੱਕ ਸਪੁੱਤਰੀ ਸੀ ਜੀ ਬੀਬੀ ਵੀਰੋ ਜੀ। ਔਰ ਅੱਗੇ ਗੱਲ ਕਰਾਂਗੇ ਜੀ ਉਹਨਾਂ ਦੇ ਸਮਕਾਲੀ ਸ਼ਾਸਕ ਜੀ, ਉਹ ਸੀ ਜਹਾਂਗੀਰ ਅਤੇ ਸ਼ਾਹਜਹਾਂ। ਔਰ ਉਹਨਾਂ ਨੇ ਸਥਾਨ ਵਸਾਇਆ ਸੀ ਜੀ, ਲੋਹਗੜ੍ਹ ਨਾਮ ਦਾ ਕਿਲ੍ਹਾ ਬਣਾਇਆ ਸੀ ਅੰਮ੍ਰਿਤਸਰ ਦੇ ਵਿੱਚ, ਔਰ ਸ਼੍ਰੀ ਅਕਾਲ ਤਖ਼ਤ ਬਣਾਇਆ ਸੀ ਜੀ ਅੰਮ੍ਰਿਤਸਰ ਜਿਹੜਾ ਹੈ ਗੁਰਦੁਆਰਾ ਉਸਦੇ ਵਿੱਚ ਹੀ, ਔਰ ਡੇਰਾ ਸਾਹਿਬ ਲਾਹੌਰ, ਕੀਰਤਪੁਰ ਸਾਹਿਬ ਔਰ ਕੌਲਸਰ, ਵਿਵੇਕਸਰ ਅਤੇ ਗੁਰੂਸਰ ਜੀ। ਸੋ ਇਹ ਸਥਾਨ ਉਹਨਾਂ ਨੇ ਵਸਾਇਆ ਸੀ ਜੀ। ਗੁਰਿਆਈ ਉਹਨਾਂ ਨੂੰ ਮਿਲੀ ਸੀ ਜੀ ਅੰਮ੍ਰਿਤਸਰ ਦੇ ਵਿੱਚ 25 ਮਈ 1606 ਈਸਵੀ ਨੂੰ ਜੀ। ਔਰ ਯੁੱਧ 4 ਮਹੱਤਵਪੂਰਨ ਗੁਰੂ ਜੀ ਨੇ ਯੁੱਧ ਲੜੇ ਸੀ ਜੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੀ ਜੀ ਅੰਮ੍ਰਿਤਸਰ ਦੀ ਲੜਾਈ ਜੋ 1634 ਈਸਵੀ ਦੇ ਵਿੱਚ ਹੋਈ, ਲਹਿਰਾ ਦੀ ਲੜਾਈ ਇਹ ਵੀ 1634 ਈਸਵੀ ਦੇ ਵਿੱਚ ਹੋਈ, ਔਰ ਕਰਤਾਰਪੁਰ ਦੀ ਲੜਾਈ ਜਿਹੜੀ 1635 ਈਸਵੀ ਦੇ ਵਿੱਚ, ਔਰ ਫਗਵਾੜਾ ਦੀ ਜਿਹੜੀ ਲੜਾਈ ਹੈ 1635 ਈਸਵੀ ਦੇ ਵਿੱਚ, 4 ਪ੍ਰਮੁੱਖ ਜਿਹੜੇ ਯੁੱਧ ਨੇ ਉਹ ਗੁਰੂ ਜੀ ਨੇ ਲੜੇ ਸੀ। ਜੋਤੀ ਜੋਤ ਗੁਰੂ ਜੀ ਸਮਾਏ ਸੀ ਜੀ ਮਾਰਚ 1645 ਈਸਵੀ ਦੇ ਵਿੱਚ ਕੀਰਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜੀ। ਔਰ ਉੱਤਰਾਧਿਕਾਰੀ ਉਹਨਾਂ ਨੇ ਆਪਣਾ ਬਣਾਇਆ ਸੀ ਜੀ ਗੁਰੂ ਹਰ ਰਾਏ ਜੀ ਨੂੰ, ਜੋ ਕਿ ਉਹਨਾਂ ਦੇ ਪੋਤਰੇ ਸੀ ਔਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸੀ ਜੀ। ਅੱਗੇ ਗੱਲ ਕਰਾਂਗੇ ਜੀ ਉਹਨਾਂ ਦੀ ਸਿੱਖ ਧਰਮ ਦੇ ਵਿੱਚ ਯੋਗਦਾਨ ਦੀ। ਤਾਂ ਸਭ ਤੋਂ ਪਹਿਲਾਂ ਮਹੱਤਵਪੂਰਨ ਸੀ ਜੀ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਨੀਆਂ ਜੀ। ਸੋ ਕਈ ਵਾਰੀ ਜਿਹੜਾ ਕੁਸ਼ਚਨ ਆ ਜਾਂਦਾ ਕਿ ਮੀਰੀ ਅਤੇ ਪੀਰੀ ਕੀ ਸੀ, ਤਾਂ 2 ਤਲਵਾਰਾਂ ਸੀ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਨੀਆਂ ਸੀ ਜੀ ਜਾਂ ਧਾਰਨ ਕੀਤੀਆਂ ਸੀ ਜੀ। ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲੇ ਸਾਰੇ ਗੁਰੂਆਂ ਨੇ ਜਿਹੜਾ ਹੈ ਸਿੱਖਾਂ ਦੀ ਕੇਵਲ ਅਧਿਆਤਮਿਕ ਰਹਿਨਮਾਈ ਕੀਤੀ ਸੀ, ਪਰ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਵਿੱਚ ਮੌਕੇ ਨੂੰ ਸਮਝਦਿਆਂ, ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ, ਉਹਨਾਂ ਦੇ ਅੰਦਰ ਨਿਡਰਤਾ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਜਗਾਉਣ ਦੇ ਲਈ ਮੀਰੀ ਅਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸੀ ਜੀ। ਔਰ ਮੀਰੀ ਅਤੇ ਪੀਰੀ ਜਿਹੜੀਆਂ ਦੋਵਾਂ ਸ਼ਕਤੀਆਂ ਦੀ ਵਰਤੋਂ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ। ਮੀਰੀ ਦੀ ਤਲਵਾਰ ਤਾਂ ਉਹਨਾਂ ਦੇ ਜਿਹੜੇ ਸੰਸਾਰਕ ਵਿਸ਼ਿਆਂ ਦੇ ਮਸਲਿਆਂ ਸੀ ਉਹਨਾਂ ਦੀ ਅਗਵਾਈ ਕਰਦੀ ਸੀ, ਔਰ ਪੀਰੀ ਦੀ ਤਲਵਾਰ ਜਿਹੜੀ ਉਹ ਧਾਰਮਿਕ ਰਹਿਨਮਾਈ ਦੀ ਚਿੰਨ੍ਹ ਸੀ ਜੀ। ਕਈ ਵਾਰੀ ਆ ਜਾਂਦਾ ਕਿ ਮੀਰੀ ਦੀ ਤਲਵਾਰ ਕਿਸ ਚੀਜ਼ ਦੀ ਪ੍ਰਤੀਕ ਸੀ, ਤਾਂ ਸੰਸਾਰਕ ਮਾਮਲਿਆਂ ਦੀ ਜਾਂ ਸੰਸਾਰਕ ਵਿਸ਼ਿਆਂ ਦੀ, ਔਰ ਪੀਰੀ ਜਿਹੜੀ ਤਲਵਾਰ ਹੈ ਉਹ ਧਾਰਮਿਕ ਰਹਿਨਮਾਈ ਦਾ ਚਿੰਨ੍ਹ ਸੀ। ਦੂਜਾ ਸੀ ਜੀ ਰਾਜਸੀ ਚਿੰਨ੍ਹ ਅਪਣਾਉਣਾ। ਸੋ ਗੁਰੂ ਹਰਗੋਬਿੰਦ ਜੀ ਨੇ ਸੇਲੀ ਜਿਹਨੂੰ ਕਿ ਉੱਨ ਦੀ ਮਾਲਾ ਸੀ ਜਿਹੜੀ, ਉਸ ਨੂੰ ਛੱਡ ਕੇ 2 ਤਲਵਾਰਾਂ ਪਹਿਨ ਲਈਆਂ ਸੀ, ਔਰ ਉਹਨਾਂ ਨੇ ਆਪਣੇ ਸੀਸ ਉੱਤੇ ਸ਼ਾਹੀ ਢੰਗ ਨਾਲ ਕਲਗੀ ਸਜਾਈ, ਔਰ ਉਹਨਾਂ ਨੇ 52 ਜਿਹੜੇ ਨੇ ਅੰਗ ਰੱਖਕ ਵੀ ਰੱਖੇ ਸੀ, ਜਿਸ ਨਾਲ ਉਹਨਾਂ ਦੀ ਰਾਜਸੀ ਠਾਠ ਵਿੱਚ ਵਾਧਾ ਹੋਇਆ। ਲੋਕ ਉਹਨਾਂ ਨੂੰ ਸੱਚਾ ਪਾਤਸ਼ਾਹ ਦੀ ਉਪਾਧੀ ਵੀ ਜਿਹੜੀ ਹੈ ਦਿੰਦੇ ਸੀ। ਔਰ ਤੀਸਰਾ ਜਿਹੜਾ ਉਹਨਾਂ ਦਾ ਮਹੱਤਵਪੂਰਨ ਸੀ ਜੀ ਅਕਾਲ ਤਖ਼ਤ ਦੀ ਉਸਾਰੀ ਜੀ। ਸੋ ਗੁਰੂ ਹਰਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਨਵਾਂ ਭਵਨ ਬਣਵਾਇਆ ਸੀ, ਜਿਸ ਦਾ ਨਾਂ ਅਕਾਲ ਤਖ਼ਤ, ਔਰ ਅਕਾਲ ਤਖ਼ਤ ਦਾ ਜਿਹੜਾ ਅਰਥ ਹੈ ਉਹ ਈਸ਼ਵਰ ਦੀ ਗੱਦੀ।
ਸੋ ਅਕਾਲ ਤਖ਼ਤ ਬਣਵਾਇਆ, ਜਿਸ ਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ। ਔਰ ਇਹਦੀ ਜਿਹੜੀ ਉਸਾਰੀ ਹੈ 1609 ਈਸਵੀ ਦੇ ਵਿੱਚ ਕੰਪਲੀਟ ਹੋਈ ਸੀ ਜੀ। ਔਰ ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕਰਾਇਆ ਗਿਆ, ਜੋ ਰਾਜਿਆਂ ਦੇ ਤਖ਼ਤ ਜਾਂ ਗੱਦੀ ਦੇ ਸਮਾਨ ਸੀ। ਇਸ ਉੱਤੇ ਬਹਿ ਕੇ ਗੁਰੂ ਸਾਹਿਬ ਸਿੱਖਾਂ ਦੇ ਸੈਨਿਕ ਅਤੇ ਰਾਜਨੀਤਿਕ ਮਾਮਲਿਆਂ ਵਿੱਚ ਰਹਿਨੁਮਾਈ ਕਰਨ ਲੱਗੇ ਜੀ। ਸੋ ਹਰਿਮੰਦਰ ਸਾਹਿਬ ਵਿੱਚ ਜਿੱਥੇ ਗੁਰੂ ਸਾਹਿਬ ਸਿੱਖਾਂ ਦੇ ਧਾਰਮਿਕ ਸਿੱਖਿਆ ਦਿੰਦੇ ਸੀ, ਅਕਾਲ ਤਖ਼ਤ ਦੇ ਵਿੱਚ ਉਹ ਜਿਹੜਾ ਉਹਨਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਸੀ ਜੀ। ਚੌਥਾ ਹੈ ਜੀ ਅੰਮ੍ਰਿਤਸਰ ਦੀ ਕਿਲੇਬੰਦੀ। ਸੋ ਅੰਮ੍ਰਿਤਸਰ ਦੀ ਕਿਲੇਬੰਦੀ ਵੀ ਗੁਰੂ ਜੀ ਨੇ ਕਰਵਾਈ ਜੀ। ਗੁਰੂ ਸਾਹਿਬ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ, ਅਨੁਭਵ ਕਰਦੇ ਹੋਏ ਧਾਰਮਿਕ ਕੇਂਦਰੀ ਸਥਾਨ ਦੀ ਰੱਖਿਆ ਦੇ ਲਈ ਰਾਮਦਾਸਪੁਰਾ ਜਾਂ ਜਿਹਨੂੰ ਆਪਾਂ ਅੰਮ੍ਰਿਤਸਰ ਕਹਿੰਦੇ ਹਾਂ, ਉਸ ਸ਼ਹਿਰ ਦੇ ਚਾਰੇ ਪਾਸੇ ਦੀਵਾਰ ਬਣਵਾਈ। ਔਰ ਉਹਨਾਂ ਨੇ ਇਸ ਸ਼ਹਿਰ ਵਿੱਚ ਕਿਲ੍ਹੇ ਦਾ ਨਿਰਮਾਣ ਵੀ ਕਰਾਇਆ, ਜਿਸ ਦਾ ਨਾਮ ਲੋਹਗੜ੍ਹ ਰੱਖਿਆ ਗਿਆ ਜੀ। ਔਰ ਇੱਥੇ ਕਾਫੀ ਮਾਤਰਾ ਦੇ ਵਿੱਚ ਸੈਨਿਕ ਸਮਾਨ ਵੀ ਰੱਖਿਆ ਗਿਆ, ਤਾਂ ਜੋ ਔਖੀ ਘੜੀ ਵਿੱਚ ਇੱਥੋਂ ਵੈਰੀਆਂ ਦਾ ਸਫਲਤਾਪੂਰਵਕ ਵਿਰੋਧ ਜਿਹੜਾ ਕੀਤਾ ਜਾ ਸਕੇ ਜੀ। ਔਰ ਅਗਲਾ ਹੈ ਜੀ ਸੈਨਾ ਦਾ ਸੰਗਠਨ ਜੀ। ਸੋ ਗੁਰੂ ਜੀ ਨੇ ਜਿਹੜਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਅੰਗ ਰੱਖਿਅਕ ਆਪਾਂ ਪਹਿਲੇ ਪੜ੍ਹ ਚੁੱਕੇ ਹਾਂ ਕਿ ਰੱਖੇ ਸੀ। ਔਰ ਉੱਥੇ ਹੀ ਨਾਲ ਮਾਝਾ, ਦੁਆਬਾ ਅਤੇ ਮਾਲਵਾ ਦੇ ਨੌਜਵਾਨਾਂ ਨੇ ਵੀ ਗੁਰੂ ਜੀ ਦੀ ਸੇਵਾ ਪ੍ਰਵਾਨ ਕਰ ਲਈ। ਔਰ ਗੁਰੂ ਜੀ ਨੇ ਉਹਨਾਂ ਨੂੰ ਇੱਕ ਇੱਕ ਘੋੜਾ ਅਤੇ ਇੱਕ ਇੱਕ ਸ਼ਸਤਰ ਦਿੱਤਾ। ਔਰ ਉਹਨਾਂ ਨੇ 500 ਸਿੱਖਾਂ ਨੂੰ ਅੱਗੇ 5 ਜਥਿਆਂ ਵਿੱਚ ਵੰਡ ਦਿੱਤਾ। ਸੋ ਜਿਨ੍ਹਾਂ ਦੇ ਜਥੇਦਾਰ ਸਨ ਬਿਧੀ ਚੰਦ, ਪਿਰਾਣਾ, ਜੇਠਾ, ਪੈਰਾ ਅਤੇ ਲੰਗਾ, ਉਹਨਾਂ ਨੇ ਬਿਨਾਂ ਕਿਸੇ ਜਾਤੀ ਜਾਂ ਭੇਦਭਾਵ ਦੇ ਸੈਨਾ ਵਿੱਚ ਪਠਾਣਾਂ ਨੂੰ ਵੀ ਭਰਤੀ ਕੀਤਾ। ਔਰ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਸੈਨਾ ਦਾ ਸੰਗਠਨ ਕੀਤਾ ਜੀ। ਅੱਗੇ ਆ ਜੀ ਗੁਰੂ ਸਾਹਿਬ ਨੇ ਘੋੜਿਆਂ ਅਤੇ ਸ਼ਸਤਰਾਂ ਦੀ ਜਿਹੜੀ ਭੇਟਾ ਹੈ ਉਹ ਵੀ ਲੈਣੀ ਆਰੰਭ ਕਰ ਦਿੱਤੀ ਜੀ। ਸੋ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਰੋਜ਼ਾਨਾ ਜੀਵਨ ਦੇ ਵਿੱਚ ਵੀ ਗੁਰੂ ਸਾਹਿਬ ਦੇ ਜਿਹੜਾ ਪਰਿਵਰਤਨ ਦੇਖਿਆ ਗਿਆ। ਸੋ ਇੱਕ ਨਵੀਂ ਜਿਹੜੀ ਸ਼ੁਰੂਆਤ ਹੈ ਉਹ ਹੋਈ ਸੀ ਜੀ। ਔਰ ਇਸ ਨਵੀਂ ਸ਼ੁਰੂਆਤ ਦੇ ਵਿੱਚ ਜਿਹੜਾ ਹੈ, ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਭਾਤ ਵੇਲੇ ਉੱਠ ਸੀ, ਇਸ਼ਨਾਨ ਕਰਦੇ ਸ਼ਾਹੀ ਢੰਗ ਨਾਲ ਸੱਜ ਕੇ ਲੰਗਰ 'ਚ ਜਾਂਦੇ ਸੀ। ਔਰ ਜਿੱਥੇ ਉਹਨਾਂ ਦੇ ਦੇਖ ਰੇਖ ਵਿੱਚ ਸਾਰੇ ਸੈਨਿਕਾਂ ਅਤੇ ਸਿੱਖਾਂ ਨੂੰ ਲੰਗਰ ਛਕਾਇਆ ਜਾਂਦਾ ਸੀ। ਔਰ ਉਹਨਾਂ ਨੇ ਸਿੱਖਾਂ ਦੇ ਵਿੱਚ ਨਵਾਂ ਉਤਸ਼ਾਹ ਭਰਨ ਦੇ ਲਈ ਆਪਣੇ ਦਰਬਾਰ ਦੇ ਅਬਦੁਲ ਅਤੇ ਨੱਥਾ ਮਲ ਢਾਗੀਆਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਵੀ ਲਾਇਆ ਸੀ ਜੀ। ਔਰ ਗੁਰੂ ਸਾਹਿਬ ਨੇ ਇੱਕ ਵਿਸ਼ੇਸ਼ ਸੰਗੀਤ ਮੰਡਲੀ ਵੀ ਸਥਾਪਿਤ ਕੀਤੀ, ਜੋ ਰਾਤ ਨੂੰ ਢੋਲਕ ਦੀ ਧੁਨਾਂ 'ਤੇ ਮਸ਼ਾਲਾਂ ਦੀ ਰੋਸ਼ਨੀ ਨਾਲ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਉੱਚੇ ਸੁਰ ਵਿੱਚ ਜੋਸ਼ੀਲੇ ਸ਼ਬਦ ਗਾਉਂਦੇ ਸੀ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਗੁਰੂ ਜੀ ਨੇ ਸ਼ਿਕਾਰ ਕਰਨਾ ਵੀ ਆਰੰਭ ਕਰ ਦਿੱਤਾ ਸੀ ਜੀ। ਤਾਂ ਇੱਕ ਨਵੀਂ ਜਿਹੜੀ ਤਬਦੀਲੀ ਹੈ, ਇੱਕ ਨਵਾਂ ਜਿਹੜਾ ਸਿੱਖ ਧਰਮ ਦੇ ਵਿੱਚ ਬਦਲਾਅ ਸ੍ਰੀ ਹਰਗੋਬਿੰਦ ਸਾਹਿਬ ਦੇ ਸਮੇਂ ਆਇਆ ਸੀ ਜੀ। ਹਾਲਾਂਕਿ ਇਸ ਬਦਲਾਅ ਦੇ ਨਾਲ ਜਿਹੜਾ ਹੈ ਸਮਕਾਲੀ ਸਿੱਖ ਸੀ, ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਉਹਨਾਂ ਦੇ ਮਨ ਦੇ ਵਿੱਚ, ਇੱਥੋਂ ਤੱਕ ਕਿ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਨੇ ਆਰੰਭ ਹੋ ਗਏ ਉਹਨਾਂ ਦੇ ਮਨ ਦੇ ਅੰਦਰ। ਬਟ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੀ ਨਵੀਂ ਨੀਤੀ ਹੈ ਸਮਕਾਲੀ ਹਾਲਾਤ ਦੇ ਅਨੁਕੂਲ ਹੈ, ਔਰ ਸਮੇਂ ਦੇ ਨਾਲ ਜਿਹੜਾ ਨਵੀਂ ਨੀਤੀ ਦਾ ਵਿਰੋਧ ਹੈ ਉਹ ਸਮਾਪਤ ਹੋ ਗਿਆ ਜੀ। ਔਰ ਇਤਿਹਾਸਕਾਰ ਜਿਵੇਂ ਇੰਦੂ ਭੂਸ਼ਣ ਬੈਨਰਜੀ ਦੇ ਕਥਨ ਨੂੰ ਜੇਕਰ ਆਪਾਂ ਉਹਨਾਂ ਦੇ ਅਨੁਸਾਰ ਦੇਖੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨਵੀਂ ਨੀਤੀ ਨਾ ਅਪਣਾਉਂਦੇ ਤਾਂ ਜਾਂ ਤਾਂ ਸਿੱਖ ਸੰਪਰਦਾ ਜਿਹੜੀ ਨਸ਼ਟ ਹੋ ਜਾਂਦੀ, ਜਾਂ ਫਿਰ ਇਹ ਸਾਧੂ ਸੰਤਾਂ ਦਾ ਇੱਕ ਸੀਮਿਤ ਜਿਹਾ ਭਾਈਚਾਰਾ ਬਣ ਕੇ ਰਹਿ ਜਾਂਦੀ। ਸੋ ਸਮੇਂ ਦੀ ਜ਼ਰੂਰਤ ਸੀ, ਸੋ ਉਸ ਦੇ ਅਕੋਰਡਿੰਗ ਗੁਰੂ ਸਾਹਿਬ ਨੇ ਜਿਹੜਾ ਹੈ ਇਹ ਨਵੀਂ ਨੀਤੀ ਅਪਣਾਈ ਸੀ ਜੀ। ਸੋ ਅੱਗੇ ਕਰਦੇ ਹਾਂ ਜੀ ਇਸ ਦੇ ਨਾਲ ਰਿਲੇਟਡ ਇੰਪੋਰਟੈਂਟ MCQ ਜੀ। ਸੋ ਸਭ ਤੋਂ ਪਹਿਲਾਂ ਹੈ ਜੀ ਗੁਰੂ ਹਰਗੋਬਿੰਦ ਜੀ ਨੇ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ? ਤਾਂ ਇਸਦਾ ਸਹੀ ਆਂਸਰ ਹੈ ਜੀ OC, ਬਾਬਾ ਬੁੱਢਾ ਜੀ ਤੋਂ ਜੀ, ਜੋ ਕਿ ਪਹਿਲੇ ਗ੍ਰੰਥੀ ਵੀ ਸੀ ਜੀ ਹਰਿਮੰਦਰ ਸਾਹਿਬ ਦੇ ਵਿੱਚ। ਅਗਲਾ ਕੁਸ਼ਚਨ ਹੈ ਜੀ Q2, ਗੁਰੂ ਹਰਗੋਬਿੰਦ ਜੀ ਦਾ ਗੁਰੂ ਕਾਲ ਕੀ ਸੀ? ਤਾਂ ਇਸਦਾ ਸਹੀ ਆਂਸਰ ਹੈ ਜੀ OA ਜੀ, 1606 ਤੋਂ ਲੈ ਕੇ 1645 ਈਸਵੀ ਜੀ। ਅਗਲਾ ਕੁਸ਼ਚਨ ਹੈ ਜੀ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਦੀ ਕਿੰਨੀ ਉਮਰ ਵਿੱਚ ਗੁਰਗੱਦੀ 'ਤੇ ਬੈਠੇ ਸੀ? ਤਾਂ ਇਹਦਾ ਸਹੀ ਆਂਸਰ ਹੈ ਜੀ OC। ਸੋ 11 ਸਾਲ ਦੀ ਉਮਰ ਦੇ ਵਿੱਚ ਜਿਹੜਾ ਗੁਰੂ ਹਰਗੋਬਿੰਦ ਜੀ ਗੁਰਗੱਦੀ 'ਤੇ ਬੈਠੇ ਸੀ। ਕੁਸ਼ਚਨ ਨੰਬਰ 4 ਹੈ ਜੀ ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਮੁਗਲ ਸ਼ਾਸਕ ਸੀ? ਤਾਂ ਇਸਦਾ ਸਹੀ ਆਂਸਰ ਹੈ ਜੀ OC, ਜਹਾਂਗੀਰ ਅਤੇ ਸ਼ਾਹਜਹਾਂ ਜੀ। ਸੋ ਇਹ ਜਿਹੜੇ ਦੋਨੋਂ ਨੇ ਸਮਕਾਲੀ ਸੀ ਜੀ ਗੁਰੂ ਹਰਗੋਬਿੰਦ ਜੀ ਦੇ। ਅਗਲਾ ਕੁਸ਼ਚਨ ਹੈ ਜੀ Q5, ਕੀਰਤਪੁਰ ਸਾਹਿਬ ਕੀਰਤਪੁਰ ਤੋਂ ਕੀ ਭਾਵ ਹੈ? ਤਾਂ ਇਸਦਾ ਸਹੀ ਜਿਹੜਾ ਆਂਸਰ ਹੈ OB ਹੈ ਜੀ, ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਹੋਵੇ। ਸੋ ਫਗਵਾੜੇ ਦੀ ਅੰਤਿਮ ਲੜਾਈ ਤੋਂ ਬਾਅਦ ਗੁਰੂ ਜੀ ਜਿਹੜੇ ਨੇ ਅੰਤਿਮ ਸਮੇਂ ਤੱਕ ਆਪਣੇ ਜਿਹੜਾ ਕੀਰਤਪੁਰ ਸਾਹਿਬ ਰਹੇ ਸੀ ਜੀ। ਔਰ ਇਹ ਜਿਹੜਾ ਸਥਾਨ ਹੈ, ਕਹਿਲੂਰ ਦੇ ਰਾਜਾ ਕਲਿਆਣ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਹੈ ਭੇਂਟਾ ਕੀਤਾ ਸੀ ਜੀ ਕੁਝ ਜ਼ਮੀਨ।
ਸੋ ਉੱਥੇ ਗੁਰੂ ਜੀ ਨੇ ਇੱਥੇ ਜਿਹੜਾ ਹੈ ਨਵੇਂ ਸ਼ਹਿਰ ਦੀ ਉਸਾਰੀ ਕੀਤੀ ਸੀ, ਜਿਸ ਤਰ੍ਹਾਂ ਕੀਰਤਪੁਰ ਅਰਥਾਤ ਅਜਿਹਾ ਸਥਾਨ ਜਿੱਥੇ ਈਸ਼ਵਰ ਦੀ ਕੀਰਤੀ ਜਾਂ ਉਸਤਤ ਹੋਵੇ ਜੀ। ਸੋ ਕੀਰਤਪੁਰ ਰੱਖਿਆ ਸੀ ਜੀ, ਔਰ 1635 ਈਸਵੀ ਦੇ ਵਿੱਚ ਜਿਹੜਾ ਗੁਰੂ ਜੀ ਨੇ ਇਸ ਸ਼ਹਿਰ ਦੇ ਵਿੱਚ ਨਿਵਾਸ ਕਰ ਲਿਆ ਸੀ ਜੀ 1635 ਵਿੱਚ, ਔਰ ਆਪਣੇ ਜੀਵਨ ਦੇ ਅੰਤਿਮ 10 ਸਾਲ ਜਿਹੜੇ ਨੇ ਇੱਥੇ ਧਰਮ ਦੇ ਪ੍ਰਚਾਰ ਵਿੱਚ ਸ਼ਾਂਤੀਪੂਰਵਕ ਬਤੀਤ ਕੀਤੇ ਸੀ ਜੀ। ਅਗਲਾ ਕੁਸ਼ਚਨ ਹੈ ਜੀ, ਆਪਣਾ ਕੁਸ਼ਚਨ ਨੰਬਰ 6 ਹੈ ਜੀ, ਸਿੱਖ ਇਤਿਹਾਸ ਵਿੱਚ ਸਿੱਖਾਂ ਵੱਲੋਂ ਮੁਗਲਾਂ ਨਾਲ ਲੜੀ ਗਈ ਪਹਿਲੀ ਲੜਾਈ ਦਾ ਕੀ ਨਾਂ ਸੀ? ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਜੀ, ਅੰਮ੍ਰਿਤਸਰ ਦੀ ਲੜਾਈ ਸੀ ਜੀ ਮੁਗਲਾਂ ਦੇ ਨਾਲ, ਜਿਹੜੀ ਸਿੱਖ ਇਤਿਹਾਸ ਦੀ ਪਹਿਲੀ ਲੜਾਈ ਸੀ, ਔਰ ਇਹ 1634 ਈਸਵੀ ਦੇ ਵਿੱਚ ਹੋਈ ਸੀ ਜੀ। ਔਰ ਇੱਕ ਬਾਜ ਦੇ ਮਾਮਲੇ 'ਤੇ ਜਿਹੜਾ ਹੋਇਆ ਵਿਵਾਦ ਇਸਦਾ ਤਤਕਾਲੀਨ ਕਾਰਨ ਬਣਿਆ ਸੀ ਜੀ। ਕੁਸ਼ਚਨ ਨੰਬਰ ਅੱਗੇ ਹੈ ਜੀ, ਸਤਿ ਅਕਾਲ ਤਖ਼ਤ ਤੋਂ ਕੀ ਭਾਵ ਹੈ? ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਜੀ, ਇਸਦਾ ਜਿਹੜਾ ਅਰਥ ਹੈ ਜੀ ਈਸ਼ਵਰ ਦੀ ਗੱਦੀ, ਜਿੱਥੇ ਗੁਰੂ ਜੀ ਬੈਠ ਕੇ ਜਿਹੜਾ ਹੈ ਰਾਜਨੀਤਿਕ ਮਾਮਲਿਆਂ ਦੀ ਜਿਹੜੀ ਹੈ ਸੁਣਵਾਈ ਕਰਦੇ ਸੀ, ਜਾਂ ਰਾਜਨੀਤਿਕ ਸਿੱਖਿਆ ਆਪਾਂ ਕਹਿ ਸਕਦੇ ਸਿੱਖਣ ਦਿੰਦੇ ਸੀ। ਔਰ ਇਹ ਜਿਹੜਾ ਹੈ 1609 ਵਿੱਚ ਜਿਹੜੀ ਇਸਦੀ ਕੰਪਲੀਟ ਹੋਇਆ ਸੀ ਜੀ, ਜਾਂ ਇਹ ਇਸਦੀ ਜਿਹੜੀ ਉਸਾਰੀ ਉਹ ਸੰਪੂਰਨ ਹੋਈ ਸੀ ਜੀ। ਅਗਲਾ ਕੁਸ਼ਚਨ ਹੈ ਜੀ, 8, ਅਕਾਲ ਤਖ਼ਤ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ? ਤਾਂ ਆਪਸ਼ਨ ਬੀ ਬਿਲਕੁਲ ਸਹੀ ਹੈ ਜੀ, ਰਾਜਨੀਤਿਕ ਮਾਮਲਿਆਂ ਦੀ ਜੀ। ਕੁਸ਼ਚਨ ਨੰਬਰ 9 ਹੈ ਜੀ, ਮੁਗਲਾਂ ਨਾਲ ਗੁਰੂ ਹਰਗੋਬਿੰਦ ਜੀ ਦੀ ਅੰਤਿਮ ਲੜਾਈ ਕਿਹੜੀ ਸੀ ਜੀ? ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ, ਫਗਵਾੜੇ ਦੀ ਲੜਾਈ ਸੀ ਜੀ ਅੰਤਿਮ, ਜੋ ਹੋਈ ਸੀ ਜੀ 1935 ਈਸਵੀ ਦੇ ਵਿੱਚ ਜੀ। ਅੱਗੇ ਜੀ ਕੁਸ਼ਚਨ ਨੰਬਰ 10, ਲੋਹਗੜ੍ਹ ਦਾ ਕਿਲ੍ਹਾ ਕਿਹੜੇ ਨਗਰ ਵਿੱਚ ਸਥਿਤ ਹੈ? ਤਾਂ ਇਹ ਜੀ ਆਪਸ਼ਨ ਬੀ ਸਹੀ ਹੈ ਜੀ, ਅੰਮ੍ਰਿਤਸਰ ਨਗਰ ਦੇ ਵਿੱਚ ਸਥਿਤ ਹੈ ਜੀ ਲੋਹਗੜ੍ਹ ਦਾ ਕਿਲ੍ਹਾ। ਔਰ ਕਈ ਵਾਰੀ ਆ ਜਾਂਦਾ ਕੁਸ਼ਚਨ ਕਿ ਕਿਸਨੇ ਬਣਵਾਇਆ ਲੋਹਗੜ੍ਹ ਦਾ ਕਿਲ੍ਹਾ? ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ, ਜੋ ਕਿ ਸਿੱਖਾਂ ਦੇ 6ਵੇਂ ਗੁਰੂ ਸੀ, ਉਹਨਾਂ ਨੇ ਇਹ ਕਿਲ੍ਹਾ ਬਣਵਾਇਆ ਸੀ ਜੀ। ਅਗਲਾ ਕੁਸ਼ਚਨ ਹੈ ਜੀ ਆਪਣਾ ਕੁਸ਼ਚਨ ਨੰਬਰ 11, 6ਵੇਂ ਗੁਰੂ ਦੁਆਰਾ ਅਪਣਾਈ ਗਈ ਨਵੀਂ ਨੀਤੀ ਦਾ ਮੁੱਖ ਉਦੇਸ਼ ਕੀ ਸੀ? ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ। ਸੋ ਨਵੀਂ ਜਿਹੜੀ ਨੀਤੀ ਆਪਾਂ ਡਿਸਕਸ ਕੀਤੀ ਅਪਣਾਈ ਗਈ ਸੀ, ਉਹ ਸਿੱਖਾਂ ਨੂੰ ਨਿਡਰ ਅਤੇ ਆਤਮ ਰੱਖਿਆ ਬਣਾਉਣ ਦੇ ਲਈ ਅਪਣਾਈ ਗਈ ਸੀ। ਕੁਸ਼ਚਨ ਨੰਬਰ ਅੱਗੇ 12 ਜੀ, ਗੁਰੂ ਹਰਗੋਬਿੰਦ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ? ਤਾਂ ਇਹਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ, ਕੀਰਤਪੁਰ ਸਾਹਿਬ ਵਿੱਚ। ਸੋ ਆਪਾਂ ਡਿਸਕਸ ਕਰ ਚੁੱਕੇ ਕਿ 1635 ਤੋਂ ਲੈ ਕੇ 10 ਸਾਲ 1645 ਤੱਕ ਜਿਹੜਾ ਅੰਤਿਮ ਸਮੇਂ ਤੱਕ ਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਰਹੇ ਸੀ। ਕੁਸ਼ਚਨ ਨੰਬਰ 13 ਜੀ, ਸਿੱਖ ਇਤਿਹਾਸ ਦੀਆਂ ਮੁਗਲਾਂ ਨਾਲ ਆਰੰਭਕ ਲੜਾਈਆਂ ਸਮੇਂ ਮੁਗਲ ਸ਼ਾਸਕ ਕੌਣ ਸੀ? ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਬੀ, ਸ਼ਾਹਜਹਾਂ ਜਿਹੜਾ ਹੈ ਮੁਗਲ ਸ਼ਾਸਕ ਸੀ ਜੀ। ਕੁਸ਼ਚਨ ਨੰਬਰ ਅੱਗੇ 4 ਹੈ ਜੀ, ਗੁਰੂ ਹਰਗੋਬਿੰਦ ਜੀ ਨੂੰ ਮੁਗਲ ਸ਼ਾਸਕ ਵੱਲੋਂ ਕਿਹੜੇ ਸਥਾਨ 'ਤੇ ਕੈਦ ਰੱਖਿਆ ਗਿਆ? ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਸੀ, ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜਿਹੜਾ ਹੈ ਕੈਦ ਰੱਖਿਆ ਗਿਆ ਸੀ ਜੀ ਗੁਰੂ ਹਰਗੋਬਿੰਦ ਜੀ ਨੂੰ। ਅੱਗੇ ਜੀ ਆਪਣਾ ਕੁਸ਼ਚਨ ਨੰਬਰ 15, ਗੁਰੂ ਹਰਗੋਬਿੰਦ ਜੀ ਨੂੰ ਕਿਹੜੇ ਮੁਗਲ ਸ਼ਾਸਕ ਨੇ ਕੈਦ ਕਰਵਾਇਆ ਸੀ ਜਾਂ ਕੀਤਾ ਸੀ? ਤਾਂ ਸਹੀ ਆਂਸਰ ਹੈ ਜੀ ਆਪਸ਼ਨ ਬੀ, ਜਹਾਂਗੀਰ ਨੇ ਜੀ। ਅਗਲਾ ਕੁਸ਼ਚਨ ਹੈ ਜੀ ਆਪਣਾ ਕੁਸ਼ਚਨ ਨੰਬਰ 16 ਹੈ ਜੀ, ਸ਼੍ਰੀ ਹਰਗੋਬਿੰਦ ਸਾਹਿਬ ਨੂੰ ਬੰਦੀ ਛੋੜ ਕਿਉਂ ਕਿਹਾ ਜਾਂਦਾ ਹੈ? ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਬੀ ਹੈ ਜੀ। ਸੋ 52 ਰਾਜਿਆਂ ਨੂੰ ਮੁਗਲ ਸ਼ਾਸਕ ਤੋਂ ਰਿਹਾ ਕਰਵਾਉਣ ਦੇ ਕਾਰਨ ਜਿਹੜਾ ਹੈ ਬੰਦੀ ਛੋੜ ਬਾਬਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜਾਂਦਾ ਹੈ ਜੀ। ਸੋ ਜਦੋਂ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਸੀ, ਤਾਂ ਕਹਿੰਦੇ ਨੇ ਕਿ ਉੱਥੇ 52 ਹੋਰ ਵੀ ਰਾਜੇ ਜਿਹੜੇ ਨੇ ਕੈਦ ਸੀ, ਜਦੋਂ ਗੁਰੂ ਜੀ ਰਿਹਾ ਹੋਣ ਲੱਗੇ ਤਾਂ ਉਹ ਕਾਫੀ ਉਦਾਸ ਹੋ ਗਏ। ਤਾਂ ਗੁਰੂ ਜੀ ਨੇ ਜਿਹੜਾ ਹੈ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਵੀ ਜੇਲ੍ਹ ਤੋਂ ਤਾਂ ਹੀ ਬਾਹਰ ਜਾਣਗੇ ਜੇਕਰ ਨਿਕਲਣਗੇ ਜੇ ਉਸਦੇ ਸਾਥੀ ਵੀ ਛੱਡ ਦਿੱਤੇ ਜਾਣਗੇ। ਤਾਂ ਅਖੀਰ ਮੁਗਲ ਸਮਰਾਟ ਨੇ ਗੁਰੂ ਜੀ ਦੀ ਗੱਲ ਮੰਨ ਲਈ ਅਤੇ 52 ਰਾਜਿਆਂ ਨੂੰ ਵੀ ਜਿਹੜਾ ਹੈ ਰਿਹਾ ਕੀਤਾ, ਇਸ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਗੁਰੂ ਕਿਹਾ ਜਾਂਦਾ ਜੀ। ਅੱਗੇ ਜੀ ਕੁਸ਼ਚਨ ਨੰਬਰ 17, ਮੁਗਲਾਂ ਨੇ ਗੁਰੂ ਹਰਗੋਬਿੰਦ ਜੀ ਦੇ ਵਿਚਕਾਰ ਲਹਿਰਾਂ ਦੀ ਲੜਾਈ ਦਾ ਤਤਕਾਲੀ ਕਾਰਨ ਕੀ ਸੀ? ਤਾਂ ਇਸਦਾ ਜਿਹੜਾ ਸਹੀ ਆਂਸਰ ਹੈ ਜੀ ਆਪਸ਼ਨ ਸੀ ਹੈ ਜੀ, 2, ਘੋੜੇ ਸੀ ਜੀ ਇਸਦਾ ਤਤਕਾਲੀਨ ਕਾਰਨ। ਸੋ ਇਹ ਦੂਸਰੀ ਲੜਾਈ ਸੀ ਜੀ ਮੁਗਲਾਂ ਦੇ ਵਿਚਕਾਰ ਜਿਹੜੀ ਹੈ ਲਹਿਰਾਂ ਦੀ ਲੜਾਈ ਜੀ, ਜੋ 1634 ਈਸਵੀ ਦੇ ਵਿੱਚ ਹੋਈ। ਅੰਮ੍ਰਿਤਸਰ ਦੀ ਲੜਾਈ ਤੋਂ ਕੁਝ ਸਮਾਂ ਬਾਅਦ ਹੀ ਜਿਹੜਾ ਹੈ ਮੁਗਲਾਂ ਵਿੱਚ ਲਹਿਰਾਂ ਨਾਮੀ ਜਿਹੜੀ ਇਹ ਲੜਾਈ ਹੋਈ, ਇਸਦਾ ਤਤਕਾਲੀਨ ਕਾਰਨ 2 ਘੋੜੇ ਸਨ। ਅਸਲ ਦੇ ਵਿੱਚ ਜਿਹੜਾ ਬਖਤ ਮੱਲ ਅਤੇ ਤਾਰਾ ਚੰਦ ਨਾਮੀ 2 ਮਸੰਦ ਸੀ ਜੀ ਗੁਰੂ ਸਾਹਿਬ ਲਈ 2 ਬਹੁਤ ਹੀ ਸੁੰਦਰ ਘੋੜੇ ਲਿਆ ਰਹੇ ਸਨ, ਪਰੰਤੂ ਰਾਹ ਵਿੱਚ ਮੁਗਲ ਕਰਮਚਾਰੀਆਂ ਨੇ ਉਹਨਾਂ ਕੋਲੋਂ ਦੋਵੇਂ ਘੋੜੇ ਖੋਲ੍ਹੇ ਅਤੇ ਸ਼ਾਹੀ ਅਸਤਬਲ ਵਿੱਚ ਭੇਜ ਦਿੱਤੇ। ਔਰ ਭਾਈ ਬਿਧੀ ਚੰਦ ਨਾਮੀ ਸਿੱਖ ਸ਼ਰਧਾਲੂ ਸੀ ਜੀ ਭੇਸ ਬਦਲ ਕੇ ਸ਼ਾਹੀ ਅਸਤਬਲ ਵਿੱਚ ਚਲਾ ਗਿਆ ਅਤੇ ਇੱਕ ਇੱਕ ਕਰਕੇ ਦੋਵੇਂ ਘੋੜੇ ਕੱਢ ਲਿਆ। ਔਰ ਇਸ ਨਾਲ ਜਿਹੜਾ ਸ਼ਾਹਜਹਾਂ ਸੀ ਉਹ ਕ੍ਰੋਧਿਤ ਹੋ ਉੱਠਿਆ ਅਤੇ ਉਸਨੇ ਗੁਰੂ ਸਾਹਿਬ ਅਤੇ ਉਸਦੇ ਸਿੱਖਾਂ ਨੂੰ ਸਜ਼ਾ ਦੇਣ ਦੇ ਲਈ ਲਾਲਾ ਬੇਗ ਅਤੇ ਕਮਰ ਬੇਗ, ਜੋ ਆਪਸ ਵਿੱਚ ਭਰਾ ਸੀ ਜੀ ਦੋਨੋਂ, ਲਾਲਾ ਬੇਗ ਅਤੇ ਕਮਰ ਬੇਗ, ਉਹਨਾਂ ਦੀ ਅਗਵਾਈ ਹੇਠ ਜਿਹੜੀ ਹੈ ਸੈਨਾ ਭੇਜੀ ਜੀ।
और लाहौर वालों मुगल सेना की चढ़ाई की खबर सुनद्या ही गुरु साहब अपने सैनिकों सहित सतलुज नदी तो दक्षण वाल बठिंडा के जंगलों वाल चले गए। और यह गुरु साहब जी की राजनीतिवाना तो सूझ सियाणप का कार सी, क्योंकि उन्होंने अनुभव कर लिया कि इन्हों रेतले जंगलों में उन्हों का पिछा करना मुगलों लिए व्यर्थ है या खतरनाक होगा। और अमृतसर पहुँचन पर लाला बेग तो कमर बेग को समाचार मिलया कि गुरु साहब बठिंडा के जंगलों वाल चले गए हैं, इसलिए उन्होंने अपने सैनिकों उन्होंने जंगलों वाल वधन का हुक्म दिता। लहरा नामी पिंड या इस नेड़े तेड़े जोड़ा है मुगलों के सिखों के टाकरा है, वह जो छेती घमसान की लड़ाई का रूप धारण कर गया। अंत में गुरु साहब की जी है इस जित हो गई और लाला बेग तो कमर बेग दोवें ही मुगल जरनैल उन्होंने सैकड़े सैनिक जोड़े ने इस लड़ाई के मारे गए जी। सो दूसरी लड़ाई सी जी, जेकर पूछा जाता कि लहरा की लड़ाई किनवी लड़ाई सी तां दूसरी सी जी। या क्वेश्चन इस तरह भी आ सकता है कि लाला बेग तो कमर बेग का संबंध किस लड़ाई के नाल है, तो लहरा की लड़ाई के नाल। अगला क्वेश्चन है जी क्वेश्चन नंबर 18, मीरी नामक तलवार धारण करना प्रतीक सी, तो इसका सही आंसर है जी ऑप्शन ए संसारिक विषयां दा जी। पहले भी आप डिस्कस कर चुके हैं कि मीरी ते पीरी कई बार आ जाता कि किस गुरु साहबान ने मीरी ते पीरी दी तलवारां धारण कीतियां, तो छेवें गुरु श्री गुरु हरगोबिंद जी ने मीरी पीरी नामक जिहड़ियां दो तलवारां धारण कीतियां सी। मीरी जिहड़ी है वह संसारक विषयां दी प्रतीक सी और पीरी जिहड़ी है वह धार्मिक विषयां दी प्रतीक सी। क्वेश्चन नंबर 19 है जी, भाई विधि चंद कौन सी, हुणे आपां डिस्कस कीता जी सिख श्रद्धालु सी जो शाहजहाँ के अस्पताल चो अस्पताल के घोड़े कढ के लैके। अगला क्वेश्चन है जी क्वेश्चन नंबर अपना 20 है जी, सिख धर्म कुल किन्ने तख्त स्थापित किए गए हैं, तो इसका सही आंसर है जी ऑप्शन सी जी कुल 5 ने जी। और 5 दे विचों 3 जिहड़े ने वो पंजाब दे विच ने और 2 जिहड़े पंजाब तो बाहर तख्त ने जी। कई बार आ जाता है क्वेश्चन कि पहला तख्त किहड़ा सी पंजा तख्तों के विचों, तो वह अकाल तख्त साहब सी जी। और इस तो अलावा जिहड़ा कई इस दे नाल रिलेटड क्वेश्चन आ जाते हैं, अकाल तख्त का निर्माण किस गुरु साहब ने कराया, तो आपां जानते हैं कि श्री गुरु हरगोबिंद साहब ने कराया सी जी। और इसका जिहड़ा मुख मकसद सी ओह सी कि राजनीतिक ते दुनियावी जिहड़े मसले ने उन्हां ते विचार किया जा सके जी। अगला क्वेश्चन है जी क्वेश्चन नंबर अपना 21 है जी, कीरतपुर लई किस राजे ने जमीन भेट की, तो डिस्कस आपां कर चुके हैं जी, ऑप्शन ए सही आंसर है जी राजा कल्याण चंद ने। क्वेश्चन नंबर अगे 22 है जी, श्री गुरु गो हरगोबिंद मुगलों विचकार तीसरी लड़ाई का तत्कालीन कारण की सी, तो इसका सही आंसर है जी ऑप्शन बी जी पेंदा खां। सो पेंदा खां जिहड़ा है पहला गुरु जी की सेना के भर्ती सी जी, और एक पठान सेना नायक सी जी जो किसी कारण गुरु जी तो नाराज़ हो गया तो मुगल साम्राट शाहजहां कोल पहुँच गया तो उस गुरु साहब के विरुद्ध जिहड़ी है सेना भेजन के लिए उकसाया जी। और पेंदे खां ते काले खां दे अधीन एक विशाल सेना गुरु साहब के विरुद्ध भेजी गई जी, पर गुरु जी ने जिहड़ा है बड़ी दलेरी दे नाल इस लड़ाई दे विच जिहड़ा है काले खां पेंदा खां ते कुतुब खां नूं जिहड़ा है इन्हां दा आप मुकाबला किया, तिन्नों नूं जिहड़ा है मौत दी नींद सुआ दित्ता जी। और इस दे विच जिहड़ा है गुरु जी की जित होई जी, और इस नूं करतारपुर का युद्ध भी कहा जांदा, और ये 1635 ईस्वी दे विच होया सी जी, और ये तीसरा युद्ध सी जी, तीसरी लड़ाई सी जेकर पूछा जाए तीसरी लड़ाई कौन सी, करतारपुर की लड़ाई सी और 1635 ईस्वी दे हुई सी। क्वेश्चन नंबर क्या है जी, 23 कौलां कौन सी, तो इसका सही आंसर है जी ऑप्शन बी जी लाहौर दे काजी दी धी सी जी। क्वेश्चन नंबर क्या है जी, 24 श्री गुरु हरगोबिंद जी ज्योति जोत समाए, तो इसका सही आंसर है जी ऑप्शन बी जी 1645 ईस्वी दे विच ज्योति जोत समाए सी जी। और क्वेश्चन नंबर 25 है जी, गुरु हरगोबिंद जी ने अपना उत्तराधिकारी किसनों नियुक्त किया, तो इसका सही आंसर है जी ऑप्शन सी जी बाबा गुरदित्ता जी के पुत्र सी जी, और गुरु हरगोबिंद जी के पोतरे सी गुरु हर राय जी। सो उन्होंने जोड़ा है गुरु जी ने 1645 ईस्वी के अपना उत्तराधिकारी नियुक्त किया जी। और कई बार इस रिलेटड क्वेश्चन आ जाता कि ज्योति जोत समाए कितने से, तो आप डिस्कस कर चुके कि कीरतपुर साहब के। सो यह जी अज का अपना टॉपिक जी, वीडियो वधिया लगे तो प्लीज़ वो तो वो शेयर और लाइक करना, और होर वीडियो देखने के लिए चैनल को सबसक्राइब जरूर कर लेना जी। सो थैंक यू फॉर वॉचिंग द वीडियो।